ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲੋਂ ਵਰਿੰਦਰ ਅਗਰਵਾਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਗਵਾਈ ਹੇਠ ਇੱਕ ਲੋਕ ਅਦਾਲਤ ਲਾਈ ਗਈ। ਲੋਕ ਅਦਾਲਤ ਵਿੱਚ 1602 ਕੇਸਾਂ ਦੀ ਸੁਣਵਾਈ ਕੀਤੀ ਗਈ ਅਤੇ 422 ਕੇਸਾਂ ਦਾ ਆਪਸੀ ਰਜਾਮੰਦੀ ਨਾਲ ਨਿਪਟਾਰਾ ਕੀਤਾ ਗਿਆ ਅਤੇ ਕਰੀਬ 15 ਸਾਲ ਤੋਂ 20 ਸਾਲ ਪੁਰਾਣੇ ਕੇਸਾਂ ਦੇ ਫੈਸਲੇ ਆਪਸੀ ਸਹਿਮਤੀ ਨਾਲ ਕੀਤੇ ਗਏ। ਫੈਸਲੇ ਵਾਲੀਆਂ ਧਿਰਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਸੀ ਝਗੜੇ ਕੌਮੀ ਲੋਕ ਅਦਾਲਤਾਂ ਵਿੱਚ ਲਗਾ ਕੇ ਛੇਤੀ ਅਤੇ ਸਸਤਾ ਨਿਆਂ ਪ੍ਰਾਪਤ ਕੀਤਾ ਜਾ ਸਕਦਾ ਹੈ। ਅੰਤ ਵਿੱਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਬਰਨਾਲਾ ਅਤੇ 71 ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਲੋਕ ਅਦਾਲਤਾਂ ਵਿੱਚ ਸਸਤਾ ਅਤੇ ਛੇਤੀ ਨਿਆਂ ਮਿਲਦਾ ਹੈ। ਇਸ ਤੋਂ ਇਲਾਵਾ ਆਪਸੀ ਰਜਾਮੰਦੀ ਨਾਲ ਝਗੜੇ ਨਿਪਟਾਏ ਜਾਂਦੇ ਹੈ। ਕੇਸਾਂ ਵਿੱਚ ਲੱਗੀ ਕੋਰਟ ਫੀਸ ਵੀ ਵਾਪਸ ਮਿਲ ਜਾਂਦੀ ਹੈ ਅਤੇ ਇਸ ਫੈਸਲੇ ਦੇ ਖਿਲਾਫ਼ ਕੋਈ ਵੀ ਅਪੀਲ ਨਹੀਂ ਹੁੰਦੀ। ਉਹਨਾਂ ਅਪੀਲ ਕੀਤੀ ਕਿ ਕੌਮੀ ਲੋਕ ਅਦਾਲਤਾਂ ਵਿੱਚ ਵੱਧ ਤੋਂ ਵੱਧ ਕੇਸ ਲਾ ਕੇ ਫਾਇਦਾ ਖੱਟਿਆ ਜਾ ਸਕਦਾ ਹੈ। ਅੱਜ ਜ਼ਿਲ੍ਹਾ ਲੋਕ ਅਦਾਲਤ ਕੰਪਲੈਕਸ ਦੇ ਵਿੱਚ ਕੌਮੀ ਲੋਕ ਅਦਾਲਤ ਲਗਾਈ ਗਈ। ਇਸ ਦੇ ਵਿੱਚ 9 ਬੈਂਚ ਬਣਾਏ ਗਏ ਨੇ ਅਤੇ ਇਹਦੇ ਵਿੱਚ 310 ਪੈਂਡਿੰਗ ਕੇਸਿਸ ਅਤੇ 1232 ਪ੍ਰੀ ਲਿਟੀਗੇਟਿਵ ਕੇਸਿਸ ਰੱਖੇ ਗਏ ਨੇ। ਅੱਜ ਅਸੀਂ ਉਮੀਦ ਕਰਦੇ ਹਾਂ ਕਿ ਤਕਰੀਬਨ 3% ਜਿਹੜੀ ਪੰਡੈਂਸੀ ਹੈਗੀ ਹੈ ਬਰਨਾਲਾ ਕਚਹਿਰੀਆਂ ਵਿੱਚ, ਉਹ ਲੋਕ ਅਦਾਲਤ ਰਾਹੀਂ ਅੱਜ ਖਤਮ ਕਰ ਦਿੱਤੀ ਜਾਵੇਗੀ। ਇੱਕ ਦਿਨ ਦੇ ਵਿੱਚ ਹੀ 3% ਕੇਸਿਸ ਜਿਹੜੇ ਹੈਗੇ ਹੈ ਅੱਜ ਮੁੱਕ ਜਾਣਗੇ। ਅੱਜ ਜਿਹੜੇ ਕੇਸਿਸ ਫੈਸਲਾ ਹੋਏ ਹਨ ਉਹਨਾਂ ਦੇ ਵਿੱਚ 20-20 ਸਾਲ ਪੁਰਾਣੇ ਚੱਲਦੇ ਕੇਸ ਵੀ ਫੈਸਲਾ ਹੋਏ ਹਨ। ਇੱਕ ਜਿਹੜਾ ਕੇਸ ਸੀਗਾ ਉਹ 20 ਸਾਲ ਤੋਂ ਪਹਿਲੀ ਅਦਾਲਤ ਦੇ ਵਿੱਚ ਹੀ ਚੱਲਦਾ ਪਿਆ ਸੀਗਾ, ਉਹਦਾ ਫੈਸਲਾ ਹੋਇਆ ਹੈ। ਇਸੇ ਤਰ੍ਹਾਂ ਇੱਕ 15 ਸਾਲ ਪੁਰਾਣਾ ਕੇਸ ਜਿਹੜਾ ਹੈ ਉਹ ਫਸਟ ਅਪੀਲੇਟ ਕੋਰਟ ਦੇ ਵਿੱਚ ਚੱਲਦਾ ਸੀਗਾ, ਉਹਦਾ ਫੈਸਲਾ ਹੋਇਆ ਹੈ। ਕੁਛ ਜਿਹੜੇ ਫੈਸਲੇ ਹੈਗੇ ਹੈ ਉਹ ਐਸੇ ਹੋਏ ਹਨ ਜਦੋਂ ਕਿ ਬਹੁਤ ਹੀ ਨਜ਼ਦੀਕੀ ਰਿਸ਼ਤੇਦਾਰਾਂ ਦੇ ਕੇਸ ਸੀ, ਭਰਾਵਾਂ ਦੇ ਕੇਸ ਸੀਗੇ, ਆਪਸ ਦੇ ਵਿੱਚ ਪਿਓ ਪੁੱਤ ਦੇ ਕੇਸ ਸਨ, ਉਹਨਾਂ ਦੇ ਵੀ ਫੈਸਲੇ ਹੋਏ ਹਨ। ਲੋਕ ਅਦਾਲਤ ਰਾਹੀਂ ਫੈਸਲਿਆਂ ਦਾ ਬਹੁਤ ਮਹੱਤਵ ਹੈ। ਇਹਦੇ ਨਾਲ ਜਿਹੜਾ ਹੈਗਾ ਝਗੜਾ ਸਦਾ ਲਈ ਮੁੱਕ ਜਾਂਦਾ ਹੈ, ਆਪਸ ਦੇ ਵਿੱਚ ਪਿਆਰ ਮੁਹੱਬਤ ਮਿੱਤਰਤਾ ਕਾਇਮ ਰਹਿੰਦੀ ਹੈ, ਲੋਕਾਂ ਲਈ ਜਿਹੜਾ ਲਿਟੀਗੇਸ਼ਨ 'ਤੇ ਆਉਣ ਵਾਲਾ ਖਰਚਾ ਉਹ ਘੱਟ ਜਾਂਦਾ ਹੈ, ਕੋਰਟ ਫੀ ਵਾਪਸ ਕਰ ਦਿੱਤੀ ਜਾਂਦੀ ਹੈਗੀ ਹੈ, ਇਹਨਾਂ ਦੀ ਕੋਈ ਅਪੀਲ ਨਹੀਂ ਹੁੰਦੀ। ਇਸ ਕਰਕੇ ਮੇਰੀ ਜਿਹੜੀ ਹੈਗੀ ਹੈ ਲੋਕਾਂ ਨੂੰ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਫੈਸਲੇ ਜਿਹੜੇ ਹੈਗੇ ਹੈ ਲੋਕ ਅਦਾਲਤ ਰਾਹੀਂ ਕਰਵਾਉਣ। ਹਾਂ, ਲੋਕ ਅਦਾਲਤ ਵਿੱਚ ਅਗਰ ਫੈਸਲਾ ਕਰਵਾਉਣਾ ਹੈ ਤਾਂ ਦੋਨੋਂ ਧਿਰਾਂ ਨੂੰ ਜਿਹੜਾ ਹੈਗਾ ਅਦਾਲਤ ਦੇ ਵਿੱਚ ਆਉਣਾ ਪੈਂਦਾ ਹੈ ਅਤੇ ਆਪਣੇ ਜਿਹੜਾ ਰਾਜ਼ੀਨਾਮੇ ਦੇ ਬਿਆਨ ਰਿਕਾਰਡ ਕਰਵਾਉਣੇ ਪੈਂਦੇ ਹਨ। ਲੋਕ ਅਦਾਲਤ ਵਿੱਚ ਕੇਸ ਲਾਉਣ ਲਈ ਇੱਕ ਧਿਰ ਜਿਹੜਾ ਹੈਗਾ ਉਹ ਦਰਖਾਸਤ ਦੇ ਸਕਦੀ ਹੈ, ਉਸ ਤੋਂ ਬਾਅਦ ਦੂਜੀ ਧਿਰ ਨੂੰ ਨੋਟਿਸ ਇਸ਼ੂ ਕੀਤਾ ਜਾਂਦਾ ਹੈ ਅਤੇ ਦੂਜੀ ਧਿਰ ਨੂੰ ਬੁਲਾ ਕੇ ਅਤੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਰਾਜ਼ੀਨਾਮੇ ਨਾਲ ਰਾਹੀਂ ਜਿਹੜਾ ਹੈਗਾ ਫੈਸਲਾ ਕਰ ਦਿੱਤਾ। ਪਰਫੋਰਮੈਂਸ ਦਾ ਦਾਅਵਾ ਸੀ ਜੋ ਪਿਛਲੇ 21 ਸਾਲਾਂ ਤੋਂ ਮਾਣਯੋਗ ਅਦਾਲਤ ਵਿੱਚ ਪੈਂਡਿੰਗ ਸੀਗਾ, ਧਿਰਾਂ ਦੇ ਵਿੱਚ ਕਾਫੀ ਲਿਟੀਗੇਸ਼ਨ ਸੀ ਅਤੇ ਅੱਜ ਕੌਮੀ ਲੋਕ ਅਦਾਲਤ ਦਾ ਇਹਨਾਂ ਨੇ ਫਾਇਦਾ ਉਠਾਉਂਦੇ ਹੋਏ ਉਹਦੇ ਕੰਪਰੋਮਾਈਜ਼ ਕੀਤਾ ਆਪ 'ਚ ਅਤੇ ਉਹ ਜਿਹੜਾ ਸਪੈਸੀਫਿਕ ਪਰਫੋਰਮੈਂਸ ਦਾ ਦਾਅਵਾ ਸੀ ਉਹਨੂੰ ਖਤਮ ਕੀਤਾ। 5 ਸਾਲ ਪੁਰਾਣਾ ਇਹਨਾਂ ਦਾ ਜਾਇਦਾਦ ਦਾ ਝਗੜਾ ਸੀ, 20 ਕਨਾਲਾ ਜ਼ਮੀਨ ਨਾਜ਼ਰ ਸਿੰਘ ਨੇ ਖਰੀਦਣੀ ਕੀਤੀ ਹੋਈ ਸੀ, ਸਤਨਾਮ ਸਿੰਘ ਉਹਨਾਂ ਨੇ ਵੇਚਣੀ ਸੀ। ਸਤਨਾਮ ਸਿੰਘ 'ਤੇ ਆਰੋਪ ਸੀਗਾ ਕਿ ਸਤਨਾਮ ਸਿੰਘ ਨੇ ਇੱਕ ਜਾਅਲੀ ਇਕਰਾਰਨਾਮਾ ਹੋਰ ਕਰਕੇ ਇਹਨਾਂ ਦੇ ਉੱਤੋਂ ਦੀ ਆਪਣੇ ਹੀ ਕਿਸੇ ਰਿਸ਼ਤੇਦਾਰ ਨੂੰ ਵੇਚਣੀ ਕਰ ਲਈ ਹੈ, ਉਹਦੇ ਮੁਤਾਬਕ ਫਿਰ ਦਾਅਵਾ ਉਹ ਡਿਗਰੀ ਹੋਇਆ। ਅੱਜ ਇਹਨਾਂ ਦਾ ਰਾਜ਼ੀਨਾਮਾ ਹੋ ਗਿਆ 16 ਸਾਲ ਬਾਅਦ, ਔਰ ਪਾਰਟੀਜ਼ ਬੜੀਆਂ ਖੁਸ਼ੋ ਖੁਰਮ ਜਾ ਰਹੀਆਂ ਨੇ ਘਰਾਂ ਨੂੰ। ਇਹਨਾਂ ਨੂੰ ਪੈਸੇ ਵੀ ਦਿੱਤੇ, ਰਜਿਸਟਰੀ ਵੀ ਹੋ ਗਈ ਹੈ, ਔਰ ਜਿਹੜਾ ਫੌਜਦਾਰੀ ਕੇਸ ਹੈਗਾ ਉਹਦਾ ਵੀ ਇਹਨਾਂ ਨੇ ਆਪਸ ਫੈਸਲਾ ਕਰ ਲਿਆ ਵੀ ਆਉਂਦੀ ਤਰੀਕ 'ਤੇ ਉਹਦੇ 'ਚ ਵੀ ਮਿਲ ਗਿਆ। ਦੇਖੋ, ਲੋਕਾਂ ਨੂੰ ਇਹ ਜੇ ਐਸਾ ਮੌਕਾ ਮਿਲਦਾ ਤਾਂ ਜ਼ਰੂਰ ਅਵੇਲ ਕਰ ਲੈਣਾ ਚਾਹੀਦਾ, ਛੱਡਣਾ ਨਹੀਂ ਚਾਹੀਦਾ।
ਕੀਤਾ ਹੈ। ਸਾਡਾ ਜ਼ਮੀਨ ਦਾ ਸੀਗਾ ਇਕਰਾਰਨਾਮਾ, ਸਾਨੂੰ ਰਜਿਸਟਰੀ ਨਹੀਂ ਸੀ ਕਰਾਈ ਅਤੇ ਅੱਜ ਉਹਨਾਂ ਨੇ ਸਾਨੂੰ ਰਜਿਸਟਰੀ ਕਰਾਤੀ ਹੈ ਪਰਸੋਂ, ਅਤੇ ਅਸੀਂ ਉਹਨਾਂ ਨੂੰ ਪੈਸੇ ਦੇ ਦਿੱਤੇ ਅਤੇ ਸਾਡਾ ਝਗੜਾ ਨਿਬੜ ਗਿਆ। ਕਿਉਂ ਤਾਂ ਝਗੜਾ ਚੱਲਣ ਵਾਲੀ ਲਾ ਲਿਆ ਕਰਨਾ ਜੀ, ਝਗੜੇ ਪੈਣ ਹੀ ਨਾ। ਮੰਨਦੇ ਹੋ ਵੀ ਕੌਮੀ ਲੋਕ ਅਦਾਲਤ ਵਧੀਆ ਹੈਗੀ ਹੈ, ਚੰਗੀ ਹੈ? ਹਾਂਜੀ ਚੰਗੀ ਗੱਲ ਹੈ ਜੀ, ਚੰਗੀ ਹੈ। ਇਹ ਮਾਮਲਾ 4.5 ਕਿੱਲੇ ਦਾ ਸਪੈਸੇ ਪਰਫਾਰਮੈਂਸ ਦਾ ਕੇਸ ਸੀ ਜਿਹੜਾ ਤਕਰੀਬਨ 20-21 ਸਾਲਾਂ ਤੋਂ ਚੱਲਦਾ ਆ ਰਿਹਾ ਸੀ। ਇਹਦੀ ਲਿਟੀਗੇਸ਼ਨ ਕਦੇ ਉੱਪਰ ਜਾਂਦੀ ਸੀ, ਕਦੇ ਹਾਈ ਕੋਰਟ ਜਾਂਦੀ ਸੀ, ਕਦੇ ਲੋਅਰ ਕੋਰਟ ਚਲੀ ਜਾਂਦੀ ਸੀ, ਅਤੇ ਦੋਨੇ ਤਰ੍ਹਾਂ ਬੜੀਆਂ ਹੈਰਾਨ ਪਰੇਸ਼ਾਨ ਹੋ ਰਹੀਆਂ ਸਨ ਅਤੇ ਵੱਖੋ ਵੱਖਰੇ ਫਾਇਦੇ ਹੁੰਦੇ ਸਨ, ਨੁਕਸਾਨ ਹੁੰਦੇ ਸਨ ਧਿਰਾਂ ਨੂੰ। ਅਤੇ ਫਿਰ ਕੌਮੀ ਲੋਕ ਅਦਾਲਤ ਦੇ ਵਿੱਚ ਇਸ ਕੇਸ ਦਾ ਜਿਹੜਾ ਨਿਪਟਾਰਾ 20 ਸਾਲਾਂ ਬਾਅਦ ਕੀਤਾ ਗਿਆ, ਜੋ ਜੱਜ ਸਾਹਿਬ ਦੇ ਦੀ ਅਣਥੱਕ ਮਿਹਨਤ ਨਾਲ ਹੋਇਆ ਅਤੇ ਬਾਕੀ ਸਾਡੇ ਵਕੀਲ ਭਾਈਆਂ ਦੀ ਮਦਦ ਨਾਲ ਵੀ ਕੀਤਾ ਗਿਆ। ਅਤੇ ਇਸ ਸੰਬੰਧ ਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਜਿੱਥੋਂ ਤੱਕ ਲੋਕ ਅਦਾਲਤਾਂ ਦਾ ਸੰਬੰਧ ਹੈ, ਉੱਥੇ ਸਾਡੇ ਕੌਂਸਲਜ ਨੂੰ ਵੀ ਆਪਦੀਆਂ ਨਿੱਜੀ ਸਵਾਰਥਾਂ ਨੂੰ ਛੱਡ ਕੇ ਲੋਕ ਅਦਾਲਤ ਦੇ ਵਿੱਚ ਇਸ ਵਿਸ਼ੇ ਨੂੰ ਨਿਪਟਾਰਾ ਕਰਨਾ ਚਾਹੀਦਾ। ਕਿੰਨੇ ਸਾਲ ਪੁਰਾਣਾ ਝਗੜਾ? 21 ਸਾਲ ਦਾ ਪੁਰਾਣਾ ਜੀ, ਅਤੇ 1 ਸਾਲ ਪਹਿਲਾਂ ਗੁਪਤ ਚੱਲਿਆ ਇਹ। ਹਾਂਜੀ, ਗੁਪਤ ਚੱਲਣ ਦੇ ਵਿੱਚ ਮੈਨੂੰ ਇਹ ਪਤਾ ਲੱਗਾ ਵੀ ਇਹ ਬੰਦੇ ਪਹਿਲਾਂ ਠੱਗੀ ਮਾਰਨਗੇ, ਫਿਰ ਠੱਗੀ ਇਹਨਾਂ ਦੀ 70 ਲੱਖ ਦੀ, ਹੋਰ ਭਦੌੜ ਦੇ ਵਿੱਚ ਬਿਮਾਰੀ ਹੈ, ਇੱਕ ਨਹੀਂ ਬਹੁਤ ਲੋਕਾਂ ਦਾ ਇਕੱਠ ਭਦੌੜ ਦੇ ਵਿੱਚ। ਅੱਜ ਦੇਖੋ ਜੀ, ਅੱਜ ਇਹ ਫੈਸਲਾ ਹੋ ਗਿਆ, 10 ਲੱਖ ਰੁਪਈਆ ਜੱਜ ਸਾਹਿਬ ਨੇ ਮੈਨੂੰ ਕਿਹਾ ਸੀ ਪਿਛਲੀ 11-10 ਨੂੰ, ਹਾਂਜੀ ਡੇਟ ਨੂੰ ਇਹ ਫੈਸਲਾ ਦਿੱਤਾ ਸੀ ਸਾਨੂੰ, ਅਸੀਂ ਉਸ ਨੂੰ ਪ੍ਰਵਾਨ ਮੰਨ ਕੇ ਅਤੇ ਅੱਜ ਉਸ ਨੂੰ ਅਸੀਂ ਨਿਪਟਾਰਾ ਕਰਤਾ। ਠੀਕ ਲੱਗਿਆ, ਕਿਉਂਕਿ ਧੱਕੇ ਖਾਣ ਨਾਲ ਜੀ ਇਹ ਅਦਾਲਤ ਦੇ ਵਿੱਚ, ਲੋਕ ਅਦਾਲਤ ਵਿੱਚ ਜਿਹੜਾ ਫੈਸਲਾ ਹੋ ਚੁੱਕਿਆ ਇਹ ਸਾਨੂੰ ਬਹੁਤ ਚੰਗਾ ਲੱਗਦਾ, ਕਿਉਂਕਿ ਸਾਨੂੰ ਆਉਣ ਵਾਲੇ ਸਮੇਂ ਵਿੱਚ ਸਾਨੂੰ ਇਹ ਲੋਕ ਅਦਾਲਤਾਂ ਹੋਰ ਵੀ ਇਸ ਤਰ੍ਹਾਂ ਸਹਾਰੇ ਦੇਣ ਅਤੇ ਆਹ ਜਿਹੜੇ ਲੋਕ ਆਮ ਖੜ੍ਹੇ ਨੇ ਇਹਨਾਂ ਨੂੰ ਵੀ ਨਿਪਟਾਰਾ ਕਰਾਉਣ, ਕਿਉਂਕਿ ਲੋਕ ਅਦਾਲਤ ਦੇ ਵਿੱਚ ਜਿਹੜਾ ਇੱਕ ਵਾਰ ਫੈਸਲਾ ਹੋ ਜਾਂਦਾ ਉਹ ਬਾਅਦ 'ਚ ਵਾਰ ਵਾਰ ਨਹੀਂ ਤੁਰਦਾ। ਹਾਂਜੀ।